ਹਰਦੀਪ ਹਾਂਜੀ ਸਰ ਉਰੇ ਆ ਕਾਕੇ ਹਾਂਜੀ ਉਹ ਉੱਥੇ ਢਾਲ ਬਣਵਾ ਦਿਓ ਉਹ ਤਿੰਨੇ ਚਾਰੇ ਦਰਖਤ ਜਿਹੜੇ ਸਾਹਮਣੇ ਜਿਹਦੇ ਆ ਉੱਥੋਂ ਪਿਛਲੇ ਸਾਰੇ ਪਟਾ ਦੇ ਇੱਥੋਂ ਸਫਾਈ ਕਰਕੇ ਢਾਲ ਬਣਵਾ ਦੇ ਹਾਂਜੀ ਪਤਾ ਕੀ ਹੈ ਜਿੰਨਾ ਵੀ ਕੰਕਰੀਟ ਡਿੱਗਣਾ ਹੈ ਇਹਨੂੰ ਪੱਕਿਆਂ ਕਰਨ ਵਾਸਤੇ ਰੇਤਾ ਬਜਰੀ ਜੋ ਆਪਾਂ ਨੂੰ ਸਮਾਨ ਦੀ ਲੋੜ ਹੈ ਠੀਕ ਹੈ ਉਹਦੇ 'ਚ ਦਿੱਕਤ ਨਹੀਂ ਆਉਣੀ ਚਾਹੀਦੀ ਕੱਲ ਨੂੰ ਲੇਬਰ ਨੂੰ ਚਾਹੇ ਕੋਈ ਹੋਰ ਕਿਸੇ ਤਰ੍ਹਾਂ ਦਾ ਕੋਈ ਵੀਕ ਲਾ ਕੇ ਇਹ ਨਾ ਕਵੇ ਥੋੜਾ ਦਰਖਤ ਡਿੱਕਾ ਲਾਉ ਠੀਕ ਹੈ ਸਰ ਸਾਰੇ ਉਹ ਪਟਾ ਦਿਓ ਬਿਲਕੁਲ ਢਲਾਣ ਬਣਾ ਦਿਓ ਉੱਥੋਂ ਵੀ ਜਾਂ ਵੀ ਸੈੱਟ ਕਰਕੇ ਸਾਰਾ ਵਧੀਆ ਬਣਵਾ ਦਿਓ ਠੀਕ ਹੈ ਸਰ ਠੀਕ ਹੈ ਠੀਕ ਹੈ ਕੋਈ ਦਿੱਕਤ ਨਹੀਂ ਆਉਣੀ ਚਾਹੀਦੀ ਇੱਥੇ ਆ ਸਰ ਆ ਵਾਲੇ ਦਰਖਤ ਜਿਹੜੇ ਲੱਗੇ ਆ ਇਹ ਵੀ ਦਰਖਤ ਸਾਰੇ ਆ ਪਟਾ ਦਿਓ ਠੀਕ ਹੈ ਸਰ ਇਹ ਵੀ ਸਾਰੇ ਪਟਾ ਦਿਓ ਸਾਰੇ ਨੂੰ ਕਢਾ ਦਿਓ ਢਲਾਣ ਬਣਾ ਦਿਓ ਉਹਦੇ 'ਚ ਕੋਈ ਦਿੱਕਤ ਨਾ ਆਵੇ ਆਪਾਂ ਨੂੰ ਠੀਕ ਹੈ ਸਰ ਦਾ ਕੰਮ ਠੀਕ ਹੈ ਸਰ ਕੋਈ ਚੁੱਕ ਨਹੀਂ ਧਿਆਨ ਰੱਖਣਾ ਇਹਨਾਂ ਗੱਲਾਂ ਦਾ ਹਾਂਜੀ ਸਰ ਆ ਦਰਖਤ ਦਾ ਕਿਵੇਂ ਕਰਨਾ ਜੀ ਇੱਧਰ ਲਿਆਂਦਾ ਜੀ ਇਹ ਸਾਰੇ ਪਟਾ ਦੇ ਠੀਕ ਹੈ ਜੀ ਕੋਈ ਵੀ ਦਰਖਤ ਨਹੀਂ ਹੋਣਾ ਚਾਹੀਦਾ ਬਿਲਕੁਲ ਗੱਡੀਆਂ ਵਿੱਚ ਉਤਰਦੀਆਂ ਵਹੀਕਲ ਵਿੱਚ ਉਤਰਦੇ ਹੋ ਜਾਣ ਠੀਕ ਹੈ ਕੰਕਰੀਟ ਉਤਰਨੀ ਆ ਰੇਤਾ ਬਜਰੀ ਕਿਸੇ ਤਰ੍ਹਾਂ ਦੀ ਵੀ ਮਤਲਬ ਆਪਣੇ ਕਿਸੇ ਵੀ ਲੇਬਰ ਦੇ ਨੂੰ ਜਾਂ ਜ਼ਿੰਮੇਵਾਰ ਬੰਦੇ ਨੂੰ ਕੋਈ ਦਿੱਕਤ ਨਹੀਂ ਆਉਣੀ ਠੀਕ ਹੈ ਸਰ ਕੋਈ ਗੱਲ ਨਹੀਂ ਇਹ ਸਾਰਾ ਕਲੀਅਰ ਕਰਵਾ ਲਾ ਬਾਕੀ ਆ ਕੋਈ ਵੀ ਦਰਖਤ ਆ ਸੇਫ ਹੈ ਜਿਹੜੀ ਹੈ ਤੇਰੀ ਜ਼ਿੰਮੇਵਾਰੀ ਠੀਕ ਹੈ ਸਰ ਕੋਈ ਗੱਲ ਨਹੀਂ ਹੋ ਜੂਗਾ ਜੀ ਪੱਕੇ ਹੁਣ ਨਾ ਕਿਤੇ ਨਹੀਂ ਜਾਂਦਾ ਤੁਹਾਨੂੰ ਭਰਮਾ ਦਾ ਲੋਕਾਂ ਨੇ ਕਿਤੇ ਨਹੀਂ ਜਾਂਦਾ ਪਾਣੀ ਇੱਥੇ ਰਹਿਣਾ ਤੁਹਾਡਾ ਨਹੀਂ ਰਹਿਣਾ ਪਾਣੀ ਇੱਥੇ ਨੀਵਾ ਹੋ ਗਿਆ ਪਾਣੀ ਤੋਂ ਹਾਂਜੀ ਸਰ ਠੀਕ ਹੈ ਜੀ ਕੋਈ ਗੱਲ ਨੀ ਉਹ ਆ ਗਏ ਸਰ ਕੱਲ ਵੀ ਆਏ ਸੀਗੇ ਰੌਲਾ ਜਿਹਾ ਪਾਉਂਦੇ ਸੀਗੇ ਚਾਰ ਪੰਜ ਜਾਣੇ ਆ ਕੌਣ ਉਹ ਸਮਾਜ ਸੇਵੀ ਲੱਗਦੇ ਆ ਜੀ ਆ ਤੁਹਾਨੂੰ ਸਾਨੂੰ ਪਤਾ ਲੱਗਾ ਵੀ ਤੁਸੀਂ ਨਹਿਰ ਪੱਕੀ ਕਰ ਰਹੇ ਹੋ ਬਿਲਕੁਲ ਕਰ ਰਹੇ ਹਾਂ ਇਹ ਤਾਂ ਜੀ ਬਹੁਤ ਮਾੜੀ ਗੱਲ ਹੈ ਬਿਮਾਰੀਆਂ ਇੱਥੇ ਨਹਿਰ ਦਾ ਸਾਫ ਪਾਣੀ ਨਾ ਰਿਹਾ ਤੇ ਨਲਕਿਆਂ ਦਾ ਜਾੜਾ ਹੋ ਗਿਆ ਨਾਲ ਹੀ ਦਰਖਤਾਂ ਦਾ ਜਾੜਾ ਹੋ ਜੂਗਾ ਕਿੰਨੇ ਜੀਵ ਜੰਤੂ ਮਰਨਗੇ ਇਹਦੇ ਚ ਪਾਣੀ ਕਿਤੇ ਨਹੀਂ ਜਾਂਦਾਗਾ ਇੱਥੇ ਹੀ ਰਹਿਣਾ ਪਾਣੀ ਤੁਹਾਡਾ ਇਹ ਪੱਕੀਆਂ ਹੋ ਗਈਆਂ ਹਰ ਦੂਜੇ ਮਹੀਨੇ ਡੇਢ ਮਹੀਨੇ ਦੋ ਮਹੀਨੇ ਬਾਅਦ ਟੁੱਟ ਜਾਂਦੀ ਆ ਘਰਾਂ 'ਚ ਵੜ ਜਾਂਦਾ ਫਸਲ ਦਾ ਨੁਕਸਾਨ ਹੋ ਜਾਂਦਾ ਪੱਕੀਆਂ ਹੋ ਜਾਣਗੀਆਂ ਤੇ ਤੁਹਾਨੂੰ ਵੀ ਫਾਇਦਾ ਸਰਕਾਰ ਕੋਈ ਮਾੜਾ ਕੰਮ ਨਹੀਂ ਕਰ ਰਹੀ ਤੁਹਾਡੇ ਵਾਸਤੇ ਪਰ ਇੱਕ ਪਾਸੇ ਸਰਕਾਰ ਪੰਜਾਬ ਨੂੰ ਹਰਾ ਭਰਾ ਰੱਖਣ ਦੇ ਦਾਅਵੇ ਕਰ ਰਹੀ ਹੈ ਜਦੋਂ ਇਹਦੇ ਨਾਲ ਦਰਖਤ ਪੱਟੇ ਗਏ ਤਾਂ ਇਹ ਜਾੜਾ ਹੀ ਹੋ ਜਾਏਗਾ ਨਾ ਜੀ ਜਨਾਬ ਸਾਨੂੰ ਤਾਂ ਜੀ ਪਹਿਲਾਂ ਵਰਗੀ ਬਣਾ ਦਿਓ ਜੀ ਜਿਵੇਂ ਪਹਿਲਾਂ ਟਾਈਲਾਂ ਲੱਗੀਆਂ ਹੋਈਆਂ ਹੁਣ ਵੱਡਾ ਆਰਡਰ ਤਾਂ ਭੱਠਿਆਂ ਨੂੰ ਵੀ ਦਿੱਤਾ ਜਾ ਸਕਦਾ ਜੀ ਵੀ ਟਾਈਲਾਂ ਵੱਡੀਆਂ ਬਣ ਕੇ ਆ ਜਾਣ ਤਾਂ ਕਿ ਸਾਡੇ ਸ਼ਹਿਰ ਦਾ ਜਿਹੜਾ ਪਾਣੀ ਦਾ ਪੱਧਰ ਹੈ ਉਹ ਨੀਵਾਂ ਨਾ ਜਾਵੇ ਜੀ ਪਹਿਲਾਂ ਏਡੀਆਂ ਟਾਈਲਾਂ ਹੁੰਦੀਆਂ ਸੀ ਉਹ ਕਿੱਥੋਂ ਲਿਆਵਾਂਗੇ ਹੁਣ ਆਪਾਂ ਡੁੱਬ ਗਿਆ ਸਰ ਜਦੋਂ ਆਪਾਂ ਕੋਈ ਵੱਡਾ ਆਰਡਰ ਦੇਵਾਂਗੇ ਹੋ ਸਕਦਾ ਵੀ ਆਪਾਂ ਨੂੰ ਕੋਈ ਆਪਣਾ ਆਰਡਰ ਲੈ ਲਈ ਤੁਹਾਡੇ ਤੋਂ ਹਾਂ ਤੇ ਭੱਠੇ ਵਾਲਿਆਂ ਨੂੰ ਬਣਾ ਦੇਣ ਦੇਖੋ ਸਰਕਾਰ ਦੇ ਕੰਮ ਮੇਰੀ ਆ ਡਿਊਟੀ ਨਾ ਤਾਂ ਮੇਰੇ ਵੱਸ ਹੈ ਨਾ ਕਿਸੇ ਦੇ ਹੋਰ ਵੱਸ ਹੈ ਕੰਮ ਇਹ ਰੁਟੀਨ ਚ ਇਦਾਂ ਹੀ ਚੱਲਣਾ ਪੱਕੀਆਂ ਹੋ ਜਾਣੀਆਂ ਚਲੋ ਇੱਕ ਗੱਲ ਤੁਹਾਨੂੰ ਅਸੀਂ ਦੱਸਦੇ ਹਾਂ ਤੁਹਾਡੇ ਵੱਸ ਹੋਵੇ ਨਾ ਹੋਵੇ ਸਾਡੇ ਵੱਸ ਹੀ ਹੈ ਵੀ ਨਾ ਤਾਂ ਅਸੀਂ ਇਹ ਨਹਿਰ ਬੰਨ ਦੇਣੀ ਹੈ ਤੇ ਨਾ ਅਸੀਂ ਤੁਹਾਨੂੰ ਕੋਈ ਦਰਖਤ ਪੱਟਣ ਦੇਣਾ ਅਫਸਰੋ ਅਫਸਰੋ ਗੱਲ ਇਉਂ ਆ ਜੇ ਤੁਸੀਂ ਨਹਿਰਾਂ ਬਣਾਓਗੇ ਨਾ ਤੇ ਕੰਕਰੀਟ ਵੇਖੋ ਇਹਦੇ 'ਚ ਕਿੰਨਾ ਪੈਂਦਾ ਕੰਕਰੀਟ ਪਾ ਕੇ ਤੁਸੀਂ ਫਾਈਬਰ ਵੀ ਪਾਉਣੀ ਆ ਫਾਈਬਰ ਪਾ ਕੇ ਫੇਰ ਕੰਕਰੀਟ ਪਾਓਗੇ ਤੇ ਪਾਣੀ ਦਾ ਪੱਧਰ ਤਾਂ ਪਹਿਲਾਂ ਹੀ ਨੀਵਾਂ ਤੇ ਜੇ ਪਾਣੀ ਦਾ ਪੱਧਰ ਨੀਵਾਂ ਹੋ ਗਿਆ ਤੇ ਟੀ ਡੀ ਐਸ ਤਾਂ ਉੱਤੇ ਚੱਕਿਆ ਜਾਣਾ ਤੇ ਫੇਰ ਮਾਲਵਾ ਬੈਲਟ ਤਾਂ ਪਹਿਲਾਂ ਹੀ ਕੈਂਸਰ ਦੀ ਲਪੇਟ ਚ ਤੇ ਜਦੋਂ ਪਾਣੀ ਦਾ ਪੱਧਰ ਨੀਵਾਂ ਹੋ ਗਿਆ
ਤੇ ਇਹ ਦੇਖੋ ਕਿ ਆਪਣੀਆਂ ਆਉਣ ਵਾਲੀਆਂ ਨਸਲਾਂ ਨੂੰ ਕਿੰਨੀਆਂ ਬਿਮਾਰੀਆਂ ਨੇ ਘੇਰ ਲੈਣਾ। ਨਾਲੇ ਆ ਦੇਖੋ ਦਿਲ ਦੇ ਰੋਗ, ਹਾਰਟ ਅਟੈਕ ਅੱਜ ਕੱਲ ਕਿਵੇਂ ਮਰਦੇ ਪਏ ਆ, ਦਿਲ ਦੇ ਰੋਗ ਹੋ ਗਏ, ਹੱਡੀਆਂ ਖੁਰਨੀਆਂ ਸ਼ੁਰੂ ਹੋ ਜਾਣੀਆਂ ਹੈਗੀਆਂ ਬਿਮਾਰੀਆਂ, ਹੋਰ ਚਮੜੀ ਦੀਆਂ ਬਿਮਾਰੀਆਂ ਕਿੰਨੀਆਂ ਹੋ ਜਾਣੀਆਂ। ਤੁਸੀਂ ਇਹਦੇ ਬਾਰੇ ਕੁਛ ਨਾ ਕੁਛ ਗੌਰ ਕਰੋ। ਅਸੀਂ ਜਾਗਰੂਕ ਲੋਕ ਹੈ ਪਰ ਸਾਡੇ ਵੱਸ ਨਹੀਂ, ਦੇਖੋ ਸਾਨੂੰ ਕਰਨਾ ਪੈਣਾ, ਸਾਡੀਆਂ ਡਿਊਟੀਆਂ, ਅਸੀਂ ਬਕਾਇਦਾ ਸਰਕਾਰਾਂ ਨੂੰ ਤਨਖਾਹਾਂ ਲੈਂਦੇ ਹਾਂ, ਸਾਨੂੰ ਕਰਨਾ ਪੈਣਾ। ਤੁਸੀਂ ਇਹ ਆਵਾਜ਼ ਸਰਕਾਰ ਤੱਕ ਤਾਂ ਪਹੁੰਚਾ ਸਕਦੇ ਹੋ ਨਾ? ਹਾਂ, ਆਹ ਗੱਲ ਤੁਹਾਡੀ ਮੰਨਣ ਵਾਲੀ ਹੈ, ਜਿੰਨੀਆਂ ਤੁਹਾਡੀਆਂ ਆਵਾਜ਼ਾਂ ਬਿਲਕੁਲ ਅਸੀਂ ਆਪਣੇ ਆਫੀਸਰਾਂ ਤੱਕ ਪਹੁੰਚਾਵਾਂਗੇ, ਆਫੀਸਰ ਅੱਗੇ ਪਹੁੰਚਾਉਣਗੇ। ਬਾਕੀ ਤੁਹਾਡਾ ਹੁਣ ਤੋਂ ਚੁਣਿਆ ਹੋਇਆ ਮੁੱਖ ਮੰਤਰੀ ਹੈ ਯਾਰ, 92 MLA ਦਿੱਤੇ ਆ ਤੁਸੀਂ ਲੋਕਾਂ ਨੇ, ਰੁਜ਼ਗਾਰ ਚੱਲਦਾ, ਸਾਫ ਪਾਣੀ ਸਾਰੇ ਸ਼ਹਿਰ ਦੇ ਵਿੱਚ ਜਾਂਦਾ, ਤੇ ਪਤਾ ਨੀ ਕਿੰਨੇ ਇੱਥੇ ਜੀਵ ਜੰਤੂ ਆ ਜਿਹੜੇ ਨਹਿਰਾਂ ਕੰਢੇ ਆਪਣੇ ਆਲਣੇ ਬਣਾਈ ਬੈਠੇ ਆ, ਇਹ ਸਾਰਾ ਕੁਛ ਖਤਮ ਹੋ ਜੂਗਾ ਕੰਕਰੀਟ ਪੈਣ ਨਾਲ। ਇਸ ਕਰਕੇ ਇਹ ਸਾਡਾ ਹੀ ਨਹੀਂ ਕੰਨਾ ਫਰਜ਼ ਬਣਦਾ, ਸਾਰੇ ਸ਼ਹਿਰ ਵਾਸੀਆਂ ਦੇ ਮਦਦ ਨਾਲ ਅਸੀਂ ਇਹ ਆਵਾਜ਼ ਉਠਾਉਣੀ ਚਾਹੁੰਦੇ ਹਾਂ ਤੁਹਾਡੇ ਜ਼ਰੀਏ। ਦੇਖੋ ਜੀ ਅਫਸਰ ਸਾਹਿਬ, ਅਸੀਂ ਤਾਂ ਇਹ ਗੱਲ ਕਹਿੰਦੇ ਹੈਗੇ ਆ, ਅਸੀਂ ਨਾ ਨਹਿਰ ਪੱਕੀ ਅੱਜ ਹੋਣ ਦੇਣੀ ਤੇ ਨਾ ਕੱਲ ਹੋਣ ਦੇਣੀ। ਬਾਕੀ ਦੂਜੀ ਗੱਲ ਇਹ ਆ ਕਿ ਜਿਹੜੀ ਰੋਸ ਰੈਲੀ ਆ, ਤੁਸੀਂ ਆਹ ਦੇਖ ਲਓ ਵੀ ਰੋਸ ਰੈਲੀ ਕੁੜੀ ਆਉਂਦੀ ਆ, ਇਹ ਤਾਂ ਹਜੇ ਸਾਡਾ ਇੱਕ ਟ੍ਰੇਲਰ ਆ, ਤੇ ਜੇ ਕਿਤੇ ਕੱਲ ਨੂੰ ਇਹ ਨਾ ਹੋ ਅੱਜ ਫਰੀਦਕੋਟ ਦੀ ਇਸ ਧਰਤੀ ਤੇ ਬਾਬਾ ਫਰੀਦ ਦੀ ਨਗਰੀ ਦੇ ਵਿੱਚ ਇਹ ਸਰਕਾਰ ਨੇ ਜਿਹੜੀ ਹੈ ਕਹਿੰਦੀ ਸੀ ਤੁਹਾਡੇ ਬਾਹਰ ਜਾ ਕੇ ਅਸੀਂ ਤੁਹਾਡੇ ਹੀ ਆ, ਸਾਨੂੰ ਜਵਾ ਕੇ ਦੇਖ ਲਓ, ਸਾਨੂੰ ਕੁਰਸੀ ਦੇ ਦਿਓ, ਅਸੀਂ ਉਹ ਗੱਲ ਕਰਾਂਗੇ ਜਿਹੜੀ ਤੁਸੀਂ ਕਹੋਗੇ। ਉਹ ਸਰਕਾਰ ਨੇ ਅੱਜ ਹਜੇ 7 ਮਹੀਨੇ ਹੋਏ ਹੈ ਇਹਨਾਂ ਦੇ ਸਰਕਾਰ ਦੇ ਬਾਰ ਦੇ ਵਿੱਚ ਅੱਜ ਬੈਠੇ ਆ ਫਰੀਦਕੋਟੀਏ। ਇਹ ਨਾ ਹੋਵੇ ਵੀ ਅਸੀਂ ਇੱਥੇ ਇੱਕ ਇੱਕ ਆਪਦਾ ਬੱਚਾ ਲਿਆ ਕੇ ਇੱਥੇ ਸੜਕਾਂ ਜਾਮ ਕਰ ਦਈਏ ਤੇ ਕੱਲ ਨੂੰ ਫੇਰ ਤੁਸੀਂ ਆਪਦੀਆਂ ਸਰਕਾਰਾਂ ਤੱਕ ਫੇਰ ਤਾਂ ਗੱਲ ਪਹੁੰਚਾਓਗੇ। ਇਸ ਕਰਕੇ ਜੋ ਕਰਨਾ ਜਲਦੀ ਤੋਂ ਜਲਦੀ ਕਰੋ। ਸਾਡੀਆਂ ਡਿਊਟੀਆਂ ਵੀਰੇ, ਤੁਹਾਡੇ ਨਾਲ ਅਸੀਂ ਸਹਿਮਤ ਹਾਂ, ਅਸੀਂ ਵੀ ਤੁਹਾਡੇ ਇਸੇ ਧਰਤੀ ਤੇ ਰਹਿੰਦੇ ਹਾਂ ਪਰ ਸਾਡੀਆਂ ਮਜਬੂਰੀਆਂ ਹੈ, ਸਾਨੂੰ ਕਰਨਾ ਪੈਣਾ। ਤੁਹਾਨੂੰ ਮੈਂ ਦੱਸਾਂ, ਇਨਸਾਨੀਅਤ ਤਾਂ ਜ਼ਿੰਦਾ ਰੱਖੋ ਨਾ, ਜੇ ਤੁਸੀਂ ਸਾਡੇ ਨਾਲ ਆ ਸਾਡੀ ਮਦਦ ਤਾਂ ਕਰ ਸਕਦੇ ਆ ਨਾ, ਇਨਸਾਨੀਅਤ ਤਾਂ ਜ਼ਿੰਦਾ ਰੱਖ ਸਕਦੇ ਆ ਨਾ। ਸਾਨੂੰ ਵੀ ਪਤਾ ਤੁਸੀਂ ਵੀ ਬਾਲ ਬੱਚੇ ਵਾਲੇ ਆ, ਠੀਕ ਆ ਨਾ, ਪਰ ਇਹ ਦੇਖਿਓ ਕਿਤੇ ਇਹ ਨਾ ਹੋਵੇ ਕਿ ਆਪਣੀਆਂ ਨਸਲਾਂ ਜਿਹੜੀਆਂ ਅੱਜ ਕੈਂਸਰ ਵਰਗੀਆਂ ਤੇ ਹੋਰ ਭਿਆਨਕ ਬਿਮਾਰੀਆਂ ਦੀ ਇਹ ਪਾਣੀ ਗੰਦਾ ਪੀ ਪੀ ਕੇ ਜਕੜੀਆਂ ਜਾਣ ਤੇ ਆਉਣ ਵਾਲੀਆਂ ਨਸਲਾਂ ਦਾ ਅੰਤ ਹੋ ਜਾਵੇ। ਇਸ ਗੱਲ ਦੀ ਤੁਹਾਨੂੰ ਮੈਂ ਦੱਸਾਂਗਾ, ਗੱਲ ਯਾਦ ਰੱਖਿਓ। ਨਾਲੇ ਜਨਾਬ, ਜਿਸ ਦਿਨ ਦੀ ਸਮਾਜ ਸੇਵੀਆਂ ਦੇ ਕੰਨਾਂ ਚ ਆ ਨਹਿਰ ਪੱਕੀ ਕਰਨ ਦੀ ਗੱਲ ਪਈ ਹੈ ਨਾ ਜੀ, ਉਦਣ ਦੇ ਉਹਨਾਂ ਦੀ ਨੀਂਦ ਹਰਾਮ ਹੋ ਗਈ ਜੀ, ਉਹ ਤਾਂ ਦਿਨ ਰਾਤ ਨਹੀਂ ਸੁੱਤੇ। ਹਾਂਜੀ, ਉਹ ਤਾਂ ਗੱਲ ਸਹੀ ਆ ਤੁਹਾਡੀ, ਪਰ ਤੁਸੀਂ ਵੀ ਇਨਸਾਨੀਅਤ ਵਾਲੇ ਬੰਦੇ ਹੋ, ਤੁਸੀਂ ਵੀ ਆਪਦੇ ਅੰਦਰ ਇਨਸਾਨੀਅਤ ਜਗਾਓ। ਜੇ ਤੁਹਾਨੂੰ ਪਤਾ ਜੇ ਇੱਥੇ ਨਹਿਰਾਂ ਪੱਕੀਆਂ ਹੋ ਗਈਆਂ, ਕੰਕਰੀਟ ਚਿਣੀ ਗਈ, ਤਾਂ ਇਸ ਨਾਲ ਬਹੁਤ ਵੱਡਾ ਨੁਕਸਾਨ ਹੋ ਜੂਗਾ, ਆਪਣੇ ਆਉਣ ਵਾਲੀਆਂ ਪੀੜ੍ਹੀਆਂ ਤਬਾਹ ਹੋ ਜਾਣੀਆਂ, ਫਸਲਾਂ ਤੇ ਨਸਲਾਂ ਜਿਹੜੀਆਂ ਉਹ ਤਬਾਹ ਹੋ ਜਾਣੀਆਂ। ਇਸ ਕਰਕੇ ਜਿਵੇਂ ਕਿ ਆਪਣਾ ਮਾਲਵਾ ਪਿੰਡ ਤਾਂ ਪਹਿਲਾਂ ਹੀ ਕੈਂਸਰ ਦੀ ਲਪੇਟ ਦੇ ਵਿੱਚ ਭੁਲੇਟਿਆ ਹੋਇਆ, ਤੇ ਪਰ ਹੁਣ ਜੇ ਗੱਲ ਕਰੀਏ ਜੇ ਫਰੀਦਕੋਟ ਸ਼ਹਿਰ ਦੀ ਗੱਲ ਕਰਾਂ ਤਾਂ ਪਾਣੀ ਜਮਾ ਹੀ ਮਾੜਾ ਹੋ ਜੂਗਾ ਤੇ ਬਿਮਾਰੀਆਂ ਨਾਲ ਸਾਰਾ ਸ਼ਹਿਰ ਭਰ ਜੂਗਾ, ਇਹਦੇ ਨਾਲ ਗੰਭੀਰ ਬਿਮਾਰੀ ਆ, ਸੋਚਣ ਦੀ ਲੋੜ ਆ। ਬਾਈ ਜੀ, ਫਸਲ ਤੇ ਨਾਲ ਆ ਤੇ ਨਸਲ ਵੀ ਤੁਹਾਡੇ ਨਾਲ ਆ। ਦੇਖੋ, ਅਸੀਂ ਆਪਣੀ ਆਵਾਜ਼ ਆ ਜਿਹੜੀ ਤੁਹਾਡੀ ਆਵਾਜ਼ ਆ ਉਹ ਮੇਰੀ ਵੀ ਆਵਾਜ਼, ਆਫੀਸਰਾਂ ਤੱਕ ਪਹੁੰਚਾਵਾਂਗੇ ਰਲ ਮਿਲ ਕੇ। ਹੋ ਸਕਦਾ ਰੁਕ ਜੇ, ਕੋਈ ਏਡੀ ਗੱਲ ਨਹੀਂ, ਸਰਕਾਰਾਂ ਸਭ ਕੁਝ ਕਰ ਸਕਦੀਆਂ, ਤੇ ਰੁਕ ਜੇ। ਫਰੀਦਕੋਟ ਵਾਲੀਆਂ ਨਹਿਰਾਂ ਦੇ ਵਿੱਚ ਜਿਹੜੀਆਂ ਉਹ ਪੱਕੀਆਂ ਹੋ ਰਹੀਆਂ, ਕੰਕਰੀਟ ਪੈ ਰਿਹਾ, ਸੋ ਇਸ ਨਾਲ ਬਹੁਤ ਵੱਡਾ ਨੁਕਸਾਨ ਹੋਣ ਵਾਲਾ। ਜੇਕਰ ਕੰਕਰੀਟ ਪੈ ਵੀ ਜਾਂਦਾ ਹੈ ਤੇ ਇਹਦੇ ਨਾਲ ਲੱਗਦੇ ਦਰਖਤ ਜਾਂ ਜਿੰਨੇ ਵੀ ਜੀਵ ਜੰਤੂ ਆ, ਜੇ ਆਪਾਂ ਪਾਣੀ ਦੀ ਗੱਲ ਕਰੀਏ ਤਾਂ ਸਾਫ ਪਾਣੀ ਵੀ ਸਾਰਾ ਜਿਹੜਾ ਫਰੀਦਕੋਟ ਸ਼ਹਿਰ ਆ ਇਸ ਨਹਿਰਾਂ ਤੋਂ ਭਰ ਕੇ ਹੀ ਪੀਂਦਾ ਹੈ, ਤੇ ਸਾਡਾ ਇਸ ਫਿਲਮ ਬਣਾਉਣ ਦਾ ਮਕਸਦ ਆ ਕਿਸੇ ਦੀਆਂ ਜਾਤੀ ਜਾਂ ਕਿਸੇ ਧਰਮ ਜਾਂ ਕਿਸੇ ਨਾਲ ਨਿੱਜੀ ਭੇਦਭਾਵ ਨਹੀਂ, ਸਾਡਾ ਫਿਲਮ ਬਣਾਉਣ ਦਾ ਮਕਸਦ ਸਿਰਫ ਇੰਨਾ ਹੀ ਆ ਕਿ ਸਾਡੀ ਆਵਾਜ਼ ਆ ਜਿਹੜੀ ਉਹ ਸਰਕਾਰ ਤੱਕ ਪਹੁੰਚੇ। ਸਤਿ ਸ੍ਰੀ ਅਕਾਲ ਜੀ।
हाँ जी सर, अज सांझे तौर ते जिहड़ा नहरां नूं जिहड़ा पक्के करन दे मुद्दे नूं लै के धरना लाया जा रहा, समूह फरीदकोट वासियां वल्लों, समूह जिहड़ियां किसान यूनियन वल्लों, की कहना चाहोगे अज दे मुद्दे बारे? पाणी दा प्रमाण है, पहला पाणी जीओ है, जित हारिया सब कुछ जी। पाणी नूं तां पाणी दे विच उत्तम लिखिया गया जी, उसे पानी ना सारा संसार चलता है, साढ़िया सरकार समय सरकार साढ़े उस पानी जो हरिया भरा सफाई होता है और खोल पे जी। मैं नैशनल दूध क्लब फरीदकोट का प्रधान होने नाते सारे एन जी ओ वालों सारे साथियों वालों अपने वालों इस फैसले सख्त निगेती करता है और डट के इस मोर्चे की हिमायत असं करते हैं। असं किसी भी कीमत जाना पक्या नहीं होने देवे, अगर पक्या होने साडा पानी खुस जाएगा, सो पानी असं किसी कीमत अपना खुसने जी। हाँ जी सर, अज जिहड़ा तुहाडे वल्लों मुहिम वड्डी जा रही है कि जिवें कि देखिए आपां नहरां नूं पक्के करन दे नाल बहुत वड्डा नुकसान हो रहा है, की कहना चाहोगे सर? फरीदकोट शहर निवासियों वास्ते बहुत ही मंदभागा है ये कि जो नहरां फरीदकोट के लगभग तीन पासे नूं कवर करदियां ने, उन्हां दा जो कंक्रीट नाल पक्कियां करन दा जो सिलसिला चलाया जा रहा है, उहदे नाल शहर के पीण वाले पानी का बहुत वड्डा नुकसान होने वाला, जो यदि सीपेज के करके जो जिस किस्म का पानी शहर निवासियों मुहैया सी वो टोटली बंद हो जाना, और जो पानी फरीदकोट का अंडरग्राउंड वाटर है वो पीण योग नहीं गा। सो इसलिए इन नहर का पक्कियां करन दा जो सिलसिला चलाया इमीजिएटली बंद होना चाहिए, बतौर असी शहरी होने के नाते कई मानवतियां संस्थावां दे अहुदेदार होने के नाते भी साडियां समुचियां संस्थावां वालों दशमेश ग्रुप ऑफ इंस्टीट्यूट्स वालों भी असीं इहदा विरोध करदे हां, और जिहड़ा जन जीवन मोर्चे ने जिहड़ी इह मुहिम छिड़ी है उहदा असीं पूर्ण तौर पर समर्थन करदे हां आपदे वालों, और सरकार नूं भी एक बेनती है इहदे विच कि इहदा तुरंत जिहड़ा हैगा पक्कियां करन वाला सिलसिला रोकिया जाणा चाहीदा, तां कि फरीदकोट का जो शहर का उजाड़ा भी ना हो, शहर निवासी जरा धरती हेठला जहरीला पानी पीने मजबूर भी ना हो। शुक्रिया।